ਗੁੱਡ ਈਵਨਿੰਗ एवरीवन ਮਾਈਸੈਲਫ ਜਤਿਨ ਬਾਂਸਲ ਹੁਣ ਅੱਜ ਆਪਾਂ 6 ਮੰਥ ਦੇ ਲਾਸਟ 6 ਮੰਥ ਦੇ ਕਰੰਟ ਅਫੇਅਰ ਡਿਸਕਸ ਕਰਾਂਗੇ ਇਸ ਤੋਂ ਆਪਣੇ ਪਹਿਲਾਂ ਕੁਝ 4 ਪਾਰਟਸ ਆਪਣੇ ਡਿਸਕਸ ਹੋ ਚੁੱਕੇ ਨੇ ਅੱਜ ਆਪਾਂ ਕਰੰਟ ਅਫੇਅਰਸ ਦਾ ਪਾਰਟ 5 ਡਿਸਕਸ ਕਰਾਂਗੇ ਜਿਸ ਦੇ ਵਿੱਚ ਆਪਾਂ ਅ 30 एमसीक्यू ਡਿਸਕਸ ਕਰਾਂਗੇ ਤਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਵੀਡੀਓਜ਼ ਨੂੰ ਸ਼ੇਅਰ ਆਪਣੇ ਫਰੈਂਡਸ ਦੇ ਵਿੱਚ ਜ਼ਰੂਰ ਕਰਦਿਆ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਦਿਆ ਕਰੋ ਵੀ ਤਾਂ ਜੋ ਹਰ ਇੱਕ ਸਟੂਡੈਂਟ ਨੂੰ ਇੱਕ ਅੱਛਾ ਇੱਕ ਅੱਛੀ ਨੌਲੇਜ ਮਿਲ ਸਕੇ ਤਾਂ ਵੱਧ ਤੋਂ ਵੱਧ ਸ਼ੇਅਰ ਵੱਧ ਤੋਂ ਵੱਧ ਲਾਈਕ ਵੀਡੀਓਜ਼ ਦੇ ਉੱਤੇ ਜ਼ਰੂਰ ਕਰਦਿਆ ਕਰੋ ਕਰੰਟ ਅਫੇਅਰਸ ਤੁਹਾਨੂੰ ਪਤਾ ਹੈ ਕਾਫੀ ਇੰਪੋਰਟੈਂਟ ਟਾਪਿਕ ਹੁੰਦਾ ਆਪਣੇ ਐਗਜ਼ਾਮਸ ਦੇ ਵਿੱਚ ਆਪਣੇ ਪੰਜਾਬ ਦੇ ਐਗਜ਼ਾਮ ਜਾਂ ਸੈਂਟਰ ਲੈਵਲ ਦੇ ਐਗਜ਼ਾਮ ਜੋ ਵੀ ਤੁਸੀਂ ਹਰ ਸਾਲ ਦਿਨੇ ਰਹਿੰਦੇ ਹੋ ਹਨਾ ਤਾਂ ਆਪਣੇ ਜਿਹੜਾ ਪਟਵਾਰੀ ਦਾ ਐਗਜ਼ਾਮ ਆਣਾ ਹੈ ਕੱਲ ਕੈਪਟਨ ਸਾਹਿਬ ਜੀ ਦਾ ਬਿਆਨ ਆ ਗਿਆ ਸੀਗਾ ਵੀ ਵੈਰੀ ਸੂਨ ਪਟਵਾਰੀ ਦੀ ਪਟਵਾਰੀ ਦੀਆਂ ਜੋਬਸ ਜਲਦੀ ਹੀ ਰਿਲੀਜ਼ ਹੋਣਗੀਆਂ ਤਾਂ ਦੈਟਸ ਵੈ ਕਹਿੰਨਾ ਆਪਣੀ ਪ੍ਰੈਪਰੇਸ਼ਨ ਬਹੁਤ ਅੱਛੀ ਰੱਖੋ ਸਾਰੇ ਸਟੂਡੈਂਟ ਬਹੁਤ ਜੀ ਲਾ ਕੇ ਆਪਣੀ ਸਟੱਡੀ ਕਰੋ ਜਿਆਦਾ ਤੋਂ ਜਿਆਦਾ ਆਪਣਾ ਪੜ੍ਹਾਈ ਕਰਨ ਦੇ ਉੱਤੇ ਸਮਾਂ ਲਗਾਓ ਠੀਕ ਹੈ ਨਾ ਵੀ ਤਾਂ ਜੀ ਜੋ ਜਿਵੇਂ ਹੀ ਪਟਵਾਰੀ ਦੇ ਪੋਸਟਾਂ ਆਣ ਵਿਆਪਾ ਇੱਕ ਅੱਛਾ ਲੈਵਲ ਬਣਾ ਸਕੀਏ ਆਪਣਾ ਤੇ ਆਪਾਂ ਇੱਕ ਅੱਛਾ ਰੈਂਕ ਲੈ ਕੇ ਆਪਾਂ ਇੱਕ ਜੌਬ ਲੈ ਸਕੀਏ ਤਾਂ ਚਲੋ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਆਂ ਤਾਂ ਲਾਈਕ ਲਾਈਕ ਜ਼ਰੂਰ ਪ੍ਰੈਸ ਕਰਦਿਆ ਕਰੋ ਤੇ ਕਮੈਂਟ ਸੈਕਸ਼ਨ ਜਾ ਕੇ ਕਮੈਂਟ ਜ਼ਰੂਰ ਕਰਦਿਆ ਕਰੋ ਚਲੋ ਹਾਂਜੀ 131st ਕੁਐਸਚਨ ਹੈਗਾ ਦੀ ਏਸ਼ੀਅਨ ਦੀ 2022 ਏਸ਼ੀਅਨ ਗੇਮਸ ਵਿਲ ਬੀ ਹੈਲਡ ਇਨ ਤਾਂ 2022 ਦੀਆਂ ਜਿਹੜੀਆਂ ਏਸ਼ੀਅਨ ਗੇਮਸ ਹੋਣੀਆਂ ਨੇ ਉਹ ਕਿੱਥੇ ਹੋਣਗੀਆਂ ਤਾਂ ਡੀ ਆਪਸ਼ਨ ਤੇ ਟਿਕ ਲਾਉਂਗੇ ਹੈਂਗਜ਼ਾਓ ਚਾਈਨਾ ਵਿੱਚ ਹੋਣੀਆਂ ਨੇ 2022 ਦੀਆਂ ਜਿਹੜਾ ਏਸ਼ੀਅਨ ਗੇਮਸ ਹੋਣੀਆਂ ਨੇ ਇਸ ਦੇ ਬੇਸ ਤੇ ਕੋਈ ਸਟੈਟਿਕ ਕੁਸ਼ਨ ਆ ਜਾਂਦਾ ਹੁੰਦਾ ਹੈ ਵੀ ਏਸ਼ੀਅਨ ਗੇਮਸ ਪਹਿਲੀ ਵਾਰ ਕਦੋਂ ਆਪਾਂ ਖੇਡੀਆਂ ਸੀਗੀਆਂ ਸਭ ਤੋਂ ਪਹਿਲੀ ਵਾਰ 1951 ਦੇ ਵਿੱਚ ਏਸ਼ੀਅਨ ਗੇਮਸ ਹੈਲਡ ਹੋਈਆਂ ਸੀਗੀਆਂ ਨਿਊ ਦਿੱਲੀ ਦੇ ਵਿੱਚ ਆਪਣੇ ਇੰਡੀਆ ਨੇ ਆਰਗੇਨਾਈਜ਼ ਕੀਤੀਆਂ ਸੀਗੀਆਂ 1951 ਦੇ ਵਿੱਚ ਏਸ਼ੀਅਨ ਗੇਮਸ ਨੂੰ ਉਸ ਤੋਂ ਬਾਅਦ ਗੱਲ ਕਰੀਏ ਕਿਉਂਕਿ ਤੁਹਾਨੂੰ ਪਤਾ ਹੈ ਹਰ ਇੱਕੇ ਗੇਮਸ ਚਾਰ-ਚਾਰ ਸਾਲਾਂ ਬਾਅਦ ਆਉਂਦੀਆਂ ਨੇ ਤਾਂ 2018 ਦੇ ਆਸ਼ੀਅਨ ਗੇਮਸ ਬਾਰੇ ਆਪਾਂ ਨੂੰ ਆਸਕ ਕਰ ਸਕਦਾ ਕਿਉਂਕਿ ਹਜੇ ਤਾਂ 2020 ਹੀ ਚੱਲ ਰਿਹਾ ਹੈ ਤਾਂ 2018 ਦੇ ਜਿਹੜੇ ਆਸ਼ੀਅਨ ਗੇਮਸ ਨੇ ਉਹਦਾ ਵੈਨਿਊ ਆਸਕ ਕਰ ਸਕਦਾ ਵੀ ਉਹਦਾ ਵੈਨਿਊ ਕੀ ਸੀਗਾ ਤਾਂ ਉਸਦਾ ਵੈਨਿਊ ਜਕਾਟਾ ਪਲੰਬੰਗ ਇੰਡੋਨੇਸ਼ੀਆ ਵਿੱਚ ਗੇਮਸ ਹੋਇਆ ਸੀਗਾ ਤਾਂ ਮੇਨ ਜਕਾਟਾ ਇੰਡੋਨੇਸ਼ੀਆ ਦੇ ਵਿੱਚ ਆਪਾਂ ਕਹਾਂਗੇ ਗੇਮਸ ਹੋਈਆਂ ਸੀਗੀਆਂ ਇਸ ਦਾ ਮੋਟੋ ਰੱਖਿਆ ਗਿਆ ਸੀ ਇਗਜ਼ਾਮ ਦੇ ਵਿੱਚ ਇਹ ਵੀ ਕੁਸ਼ਨ ਆ ਚੁੱਕਿਆ ਵੀ ਏਸ਼ੀਅਨ ਗੇਮਸ ਦਾ ਮੋਟੋ ਕੀ ਸੀਗਾ 2018 ਦਾ એનર્ਜੀ ਆਫ ਏਸ਼ੀਆ ਇਹ ਮੋਟੋ ਰਿਹਾ ਸੀਗਾ ਤਾਂ ਯਾਦ ਰੱਖਿਓ 2022 ਦੇ ਵਿੱਚ ਕਦੇ ਆਪਣਾ ਜਦੋਂ ਵੀ ਕੋਈ ਗੇਮਸ ਹੁੰਦੀਆਂ ਨੇ ਕੋਈ ਵੀ ਗੇਮਸ ਹੁੰਦੀਆਂ ਨੇ ਵੱਡੇ ਲੈਵਲ ਤੇ ਤਾਂ ਇਹਨਾਂ ਦਾ ਇੱਕ ਮੋਟੋ ਹੁੰਦਾ ਇੱਕ ਤਾਂ ਉਹ ਵੀ ਆਪਾਂ ਨੇ ਯਾਦ ਕਰਨਾ ਹੁੰਦਾ ਕਿਉਂਕਿ ਇਗਜ਼ਾਮ ਦੇ ਵਿੱਚ ਇਸ ਦੇ ਬੇਸ ਤੇ ਕੁਸ਼ਨ ਆਂਦਾ ਹੁੰਦਾ ਹੈ ਤਾ ਇਹ ਵੀ ਕੁਐਸਚਨ ਆਸਕਰ ਵੀ ਸਭ ਤੋਂ ਜ਼ਿਆਦਾ ਮੈਡਲ ਕਿਹੜੀ ਟੀਮ ਹੈ ਕਿਹੜੀ ਕੰਟਰੀ ਨੇ ਲਏ ਨੇ ਫਸਟ ਰੈਂਕ ਆਇਆ ਚਾਈਨਾ ਦਾ ਟੋਟਲ ਮੈਡਲ ਉਹਨੇ ਲਏ ਨੇ 290 ਮੈਡਲ ਹੋਏ ਨੇ ਟੋਟਲ ਬਾਕੀ ਤੁਸੀਂ ਦੇਖ ਸਕਦੇ ਹੋ 132 골ਡ ਨੇ 92 ਸਿਲਵਰ ਨੇ 66 ਕੀ ਨੇ ਬ੍ਰੌਂਜ਼ ਨੇ ਓਕੇ ਤਾ ਸੈਕੰਡ ਰੈਂਕ ਆਇਆ ਸੀਗਾ ਜਪਾਨ ਦਾ ਕਿਉਂਕਿ ਆਪਣਾ ਇਹ ਮੇਨ ਕੰਟਰੀ ਆਪਣੀ ਇੰਡੀਆ ਹੈ ਤਾਂ ਸਿੱਧਾ ਪੁੱਛੇਗਾ ਏਸ਼ੀਅਨ ਗੇਮਸ ਦੇ ਵਿੱਚ ਆਪਣੇ ਇੰਡੀਆ ਦਾ ਰੈਂਕ ਕਿੰਨਾ ਸੀਗਾ 8th ਰੈਂਕ ਆਇਆ ਸੀਗਾ ਤਾਂ ਆਪਣੇ ਇੰਡੀਆ ਓਵਰਲ 8ਵੇਂ ਰੈਂਕ ਤੇ ਸੀਗੀ ਟੋਟਲ ਮੈਡਲ ਆਪਣੇ ਇੰਡੀਆ ਨੂੰ ਕਿੰਨੇ ਮਿਲੇ ਸੀਗੇ 70 ਮੈਡਲ ਮਿਲੇ ਸੀਗੇ ਬਿਲਕੁਲ ਓਕੇ ਤਾਂ ਇਹ ਵੀ ਆਸ ਕਿੰਨੇ 골ਡ ਮਿਲੇ ਸੀਗੇ 16 골ਡ ਮਿਲੇ ਸੀਗੇ 23 ਸਿਲਵਰ ਤੇ 31 ਬ੍ਰੌਂਜ਼ ਤਾਂ ਟੋਟਲ ਕਿੰਨੇ ਬਣਜਣਗੇ 70 ਮੈਡਲ ਬਣਜਣਗੇ ਜਿਹੜੇ ਆਪਣੇ ਇੰਡੀਆ ਨੇ ਏਸ਼ੀਅਨ ਗੇਮਸ 2018 ਵਿੱਚ ਗੈਟ ਕੀਤੇ ਨੇ ਬਿਲਕੁਲ एवरीवन ਓਕੇ ਜਾਕARTA ਇੰਡੋਨੇਸ਼ੀਆ ਵਿੱਚ ਗੇਮਸ ਹੋਈਆਂ ਸੀ ਇਹ ਨੈਕਸਟ ਵਾਟ ਇਜ਼ ਦੀ ਫੋਰਨ ਡਾਇਰੈਕਟ ਇਨਵੈਸਟਮੈਂਟ ਲਿਮਿਟ ਅਲਾਉਟ ਟੂ ਐਨ ਆਰ ਆਈ ਇਨ ਸਿਵਲ ਐਵੀਏਸ਼ਨ ਸਿਵਲ ਐਵੀਏਸ਼ਨ ਦੇ ਵਿੱਚ ਕਿੰਨੇ ਫੋਰਨ ਡਾਇਰੈਕਟ ਇਨਵੈਸਟਮੈਂਟ ਹੋ ਸਕਦੇ ਆ 100 ਦੇ 100 ਪਰਸੈਂਟ 100 ਪਰਸੈਂਟ ਇਨਵੈਸਟਮੈਂਟ ਬੰਦਾ ਕਰ ਸਕਦਾ ਹੈ ਤਾਂ ਡੀ অপਸ਼ਨ 100 ਪਰਸੈਂਟ ਦੇ ਉੱਤੇ ਤੁਸੀਂ ਟਿੱਕ ਲਾਉਂਗੇ ਨੈਕਸਟ ਵਿਚ ਨਿਊ ਸਕੀਮ ਹੈਜ਼ ਬੀਨ ਲਾਂਚਡ ਬਾਈ ਦੀ ਗਵਰਨਮੈਂਟ ਆਫ 36ਗੜ ਤਾਂ 36ਗੜ ਦੀ ਗਵਰਨਮੈਂਟ ਨੇ ਨਵੀਂ ਇੱਕ ਸਕੀਮ ਚਲਾਈ ਸੀ ਪਿੱਛੇ ਜੇ ਲੋਕਡਾਊਨ ਦੇ ਵਿੱਚ ਤਾਂ ਉਹ ਸਕੀਮ ਕਿਹੜੀ ਚੱਲੀ ਸੀਗੀ ਥੈਟ ਇਜ਼ ਦਾ ਰਾਜੀਵ ਗਾਂਧੀ ਕਿਸਾਨ ਨਿਆਏ ਯੋਜਨਾ ਇਹ ਰਾਜੀਵ ਗਾਂਧੀ ਕਿਸਾਨ ਨੈ ਯੋਜਨਾ ਆਪਣੀ ਲਾਂਚ ਕੀਤੀ ਸੀਗੀ 21 ਮਈ ਨੂੰ ਲਾਂਚ ਕੀਤੀ ਸੀਗੀ ਕਿਉਂਕਿ ਇਸ ਦਿਨ ਆਪਣਾ ਜਿਹੜਾ ਰਾਜੀਵ ਗਾਂਧੀ ਜੀ ਨੇ ਉਹਨਾਂ ਦੀ ਡੈਥ ਐਨੀਵਰਸਰੀ ਸਿਗੀ ਠੀਕ ਹੈ ਨਾ ਤਾਂ 21 ਮਈ ਨੂੰ ਆਪਾਂ ਐਂਟੀ ਟੈਰਰਿਜ਼ਮ ਡੇ ਦੇ ਨਾਲ ਸੈਲੀਬ੍ਰੇਟ ਕਰਦੇ ਆ ਰਾਜੀਵ ਗਾਂਧੀ ਜੀ ਦੀ ਡੈਥ ਐਨੀਵਰਸਰੀ ਹੁੰਦੀ ਹੈ ਠੀਕ ਹੈ ਨਾ ਤਾਂ ਰਾਜੀਵ ਗਾਂਧੀ ਕਿਸਾਨ ਨਿਆਏ ਯੋਜਨਾ ਲਾਂਚ ਕੀਤੀ ਸੀਗੀ ਛਤISਗੜ ਦੇ ਸੀਐਮ ਨੇ ਤਾਂ ਇਹ ਇਸ ਇਹ ਹੈ ਕਿ ਇਹ ਬੇਸਿਕਲੀ ਕਹਿੰਦਾ 10000 ਰੁਪਏ ਪਰ ਪਰ ਏਕਰ ਵਿਲ ਬੀ ਡਿਪੋਜ਼ਿਟਿਡ ਇਨ ਦੀ ਬੈਂਕ ਅਕਾਊਂਟਸ ਆਫ ਫਾਰਮਰਸ ਐਸ ਐਗਰੀਕਲਚਰ ਅਸਿਸਟੈਂਸ ਗ੍ਰਾਂਟ ਫਾਰ ਸੋਇੰਗ ਕ੍ਰੌਪਸ ਸਚ ਐਸ ਪੈਡੀ ਮੇਜ਼ ਤੇ ਸ਼ੂਗਰ ਕੇਨ ਖਰੀਫ ਕ੍ਰੌਪਸ ਨੂੰ ਗਾਣ ਦੇ ਲਈ ਪੈਡੀ ਵਗੈਰਾ ਹੋ ਗਿਆ ਮੇਜ਼ ਵਗੈਰਾ ਸ਼ੂਗਰ ਕੇਨ ਵਿਕ ਦੇ ਲਈ ਪਰ ਏਕੜ ਦੇ ਲਈ ਇੱਕ 10000 ਰੁਪਿਆ ਫਾਰਮਰਸ ਦੇ ਅਕਾਊਂਟ ਵਿੱਚ ਪਏਗਾ ਠੀਕ ਹੈ ਨਾ ਤਾਂ ਇਹ ਇਹ ਹੈਗਾ ਆਪਣੀ ਰਾਜੀਵ ਗਾਂਧੀ ਕਿਸਾਨ ਨਿਆਏ ਯੋਜਨਾ ਛੱਤੀਸਗੜ੍ਹ ਨੇ ਲਾਂਚ ਕੀਤੀ ਹੈ ਬਿਲਕੁਲ एवरीवन ओके नेक्स्ट ਵਿਚ ਕੰਪਨੀਆਂ ਇਸ ਬਾਇੰਗ 1.34% ਸਟੈਕ ਇਨ Jio ਪਲੇਟਫਾਰਮ ਤਾਂ Jio ਦੇ ਬਹੁਤ ਜ਼ਿਆਦਾ ਸ਼ੇਅਰਸ ਪਰਚੇਸ ਕੀਤੇ ਜਾ ਰਹੇ ਨੇ ਤਾਂ ਇੱਕ ਕੰਪਨੀ ਨੇ 1.34% ਸ਼ੇਅਰ ਪਰਚੇਸ ਕੀਤੇ ਨੇ ਤਾਂ ਉਹ ਕੰਪਨੀ ਹੈਗੀ ਹੈ ਜਰਨਲ ਅਟਲੈਂਟਿਕ ਤਾਂ ਜਰਨਲ ਅਟਲੈਂਟਿਕ ਨੇ ਪਰਚੇਸ ਕੀਤੇ ਨੇ Facebook ਨੇ ਤਾਂ ਕੋਈ ਸਮਥਿੰਗ 9. नाइन नाइन परसेंट शेयर परचेज किए अप्रोक्सीमेटली दस परसेंट शेयर परचेज किए हैं जियो द जो याद रखो फेसबुक का पूछेगा तो नियर अबाउट नाइन पॉइंट नाइन नाइन परसेंट या दस प्रसेंट कहे फेसबुक ने वन पॉइंट थ्री फोर परसेंट कहा है ये परचेज किए अपने जनरल अटलांटिक ने बिलकुल ओके नैक्सट विच क्रिकेट टीम हैज रीसेंटली वोन रंजी ट्रॉफी 2019 20 ਟਾਈਟਲ ਤਾਂ 2019 20 ਦਾ ਜਿਹੜਾ ਟਾਈਟਲ ਰੰਜੀ ਟਰਾਫੀ ਤੁਹਾਨੂੰ ਪਤਾ ਬਹੁਤ ਫੇਮਸ ਆਪਣੀ ক্রিকেট ਦੀ ਟਰਾਫੀ ਹੈਗੀ ਹੈ ਤਾਂ ਇਹਨੂੰ ਜਿੱਤੇ ਇਸ ਵਾਰੀ ਸਰਸਤਰਾ ਨੇ ਜਿੱਤੇ ਅਤਾ ਸਰਸਤਰਾ ਟੀਮ ਹੈ ਜਿਹੜੀ ਉਸ ਟੀਮ ਨੇ ਜਿੱਤੇ ਸਰਸਤਰਾ ਟੀਮ ਨੇ ਰੰਜੀ ਟਰਾਫੀ 2019-20 ਦਾ ਖਿਤਾਬ ਜੇ ਰੰਜੀ ਟਰਾਫੀ ਦੀ ਗੱਲ ਕਰੀਏ ਇਹਦੇ ਵਿੱਚ ਕੁਐਸਚਨ ਆਇਆ ਹੋਇਆ ਐਗਜ਼ਾਮ ਦੇ ਵਿੱਚ ਵੀ ਰੰਜੀ ਟਰਾਫੀ ਦੇ ਵਿੱਚ ਕਿੰਨੇ ਓਵਰ ਦਾ ਮੈਚ ਹੁੰਦਾ 90 ਓਵਰਸ ਦਾ ਤਾਂ 90 ਓਵਰਸ ਦਾ ਮੈਚ ਪਲੇ ਕੀਤਾ ਨਾ ਰੰਜੀ ਟਰਾਫੀ ਦੇ ਵਿੱਚ ਬਿਲਕੁਲ ਓਕੇ ਤਾਂ ਮੈਕਸਿਮਮ ਰਨਸ ਅੱਜ ਤੱਕ ਜਿਹੜਾ ਰੰਜੀ ਟਰਾਫੀ ਸਭ ਤੋਂ ਜ਼ਿਆਦਾ ਸਕੋਰ ਜਿਹਨੇ ਰਨ ਕੀਤੇ ਹੋਏ ਨੇ ਰੰਜੀ ਰੰਜੀ ਮੈਚੇਸ ਦੇ ਚੋਂਲੀ ਤਾਂ ਵਸੀਮ জাফর ਆਏ ਵੀ ਇਗਜ਼ਾਮ ਚ ਕੁਸ਼ਨ ਆ ਚੁੱਕੇ ਆ ਤੇ ਸਭ ਤੋਂ ਜ਼ਿਆਦਾ ਵਿਕਟਾਂ ਜਿਨੇ ਲਈਆਂ ਨੇ ਰੰਜੀ ਟਰਾਫੀ ਮੈਚਸ ਦੇ ਵਿੱਚ ਉਹ ਹੈਗਾ ਰਜਿੰਦਰ ਗੋਇਲ ਤਾਂ ਇਹ ਰਜਿੰਦਰ ਗੋਇਲ ਦੀ ਹੁਣੀ ਰੀਸੈਂਟਲੀ ਡੈਥ ਹੋਈ ਹੈ ਤਾਂ ਇਹਦੇ 베ਸ ਤੇ ਪੱਕਾ ਕੁਸ਼ਨ ਆ ਜੂਗਾ ਵੀ ਰਜਿੰਦਰ ਗੋਇਲ ਨੇ ਰੰਜੀ ਟਰਾਫੀ ਚ ਸਭ ਤੋਂ ਜ਼ਿਆਦਾ ਵਿਕਟਸ ਲਈਆਂ ਨੇ ਬਿਲਕੁਲ ਓਕੇ ਇਹਦੀ ਰੀਸੈਂਟਲੀ ਡੈਥ ਹੋਈ ਸੀ ਰਜਿੰਦਰ ਗੋਇਲ ਦੀ ਬਿਲਕੁਲ ਓਕੇ ਨੈਕਸਟ this central government has approved the fourth international airport of uttar pradesh in which district of up takeere district de vich fourth international airport launch kita hega ta o uh, district hega basically khushinagar ਤਾ ਖੁਸ਼ੀਨਗਰ ਜਿਹੜਾ ਡਿਸਟ੍ਰਿਕਟ ਹੈਗਾ ਆਪਣਾ ਯੂਪੀ ਦੇ ਵਿੱਚ ਉਸਦੇ ਵਿੱਚ ਆਪਣਾ 4th ਇੰਟਰਨੈਸ਼ਨਲ ਪਰ ਲਾਂਚ ਕੀਤਾ ਤੁਹਾਨੂੰ ਪਤਾ ਹੈ ਖੁਸ਼ੀਨਗਰ ਜਿਹੜਾ ਸ਼ਹਿਰ ਹੈ ਬਹੁਤ ਵੇਲਾ ਬੁੱਧਿਸਟ ਰਿਲੀਜੀਅਨ ਨਾਲ ਡੀਲ ਕਰਦਾ ਹੈ ਖੁਸ਼ੀਨਗਰ ਦੇ ਵਿੱਚ ਆਪਣੇ ਮਹਾਤਮਾ ਬੁੱਧ ਸੀਗੇ ਜਿਹੜੇ ਉਹਨਾਂ ਦੀ ਡੈਥ ਹੋਈ ਸੀਗੀ ਕਲੀਅਰਕ ਨਹੀਂ ਗੱਲ ਮਹਾਤਮਾ ਬੁੱਧ ਜੀ ਦੀ ਡੈਥ ਹੋਈ ਸੀਗੀ 483 BC ਦੇ ਵਿੱਚ The 483 BC ਦੇ ਵਿੱਚ ਮਹਾਤਮਾ ਬੁੱਧ ਦੀ ਡੈਥ ਹੋਈ ਸੀ ਖੁਸ਼ੀ ਨਗਰ ਸ਼ਹਿਰ ਦੇ ਵਿੱਚ ਡੀਅਰ ਬਿਲਕੁਲ एवरीवन ओके ਨੈਕਸਟ ਵਿਚ ਸਟੇਟ ਹੈਜ਼ ਰੀਸੈਂਟਲੀ ਵਨ ਦੀ ਈ ਪੰਚਾਇਤ ਅਵਾਰਡ ਫਾਰ ਦੀ ਇਅਰ 2020 ਤਾਂ ਈ ਪੰਚਾਇਤ ਦਾ ਅਵਾਰਡ ਮਿਲਿਆ 2020 ਦਾ ਇਹ ਅਵਾਰਡ ਮਿਲਿਆ ਹਿਮਾਚਲ ਪ੍ਰਦੇਸ਼ ਸਟੇਟ ਨੂੰ ਤਾਂ ਹਿਮਾਚਲ ਪ੍ਰਦੇਸ਼ ਸਟੇਟ ਦੀ ਗੱਲ ਕਰੀਏ ਦੀ ਕੈਪੀਟਲ ਤੁਹਾਨੂੰ ਪਤਾ ਸ਼ਿਮਲਾ ਇਸ ਦੀ ਕੈਪੀਟਲ ਹੈਗਾ ਇੱਕ ਧਰਮਸ਼ਾਲਾ ਕੈਪੀਟਲ ਹੈਗਾ ਦੋ ਕੈਪੀਟਲ ਨੇ ਆਪਣੇ ਹਿਮਾਚਲ ਪ੍ਰਦੇਸ਼ ਦੀਆਂ ਠੀਕ ਹੈ ਨਾ ਇਹਦਾ ਸੀਐਮ ਜੈਰਾਮ ਠਾਕੁਰ ਹੈ ਤੇ ਇਸ ਦਾ ਜਿਹੜਾ ਗਵਰਨਰ ਹੈਗਾ ਕੋਈ ਬਾਂਦਰੂ ਨਾਂ ਦਾ ਇਸ ਦਾ ਗਵਰਨਰ ਹੈਗਾ ਬਿਲਕੁਲ एवरीवन ਓਕੇ ਤਾਂ ਹਿਮਾਚਲ ਪ੍ਰਦੇਸ਼ ਨੂੰ ਈ ਪੰਚਾਇਤ ਦਾ ਜਿਹੜਾ ਆਪਣਾ ਅਵਾਰਡ ਮਿਲਿਆ ਨੈਕਸਟ ਵਿਚ ਸਟੇਟ ਗਵਰਨਮੈਂਟ ਹੈਜ਼ ਰੀਸੈਂਟਲੀ ਲਾਂਚਡ ਅ ਸਕੀਮ ਕਾਲਡ ਇੱਕ ਤੋਂ ਗੇਮਸ ਇੱਕ ਤੋਂ ਪੜਾ ਪੜੋ ਫੋਰ ਸਟੂਡੈਂਟ ਤਾਂ ਇੱਕ ਤੋਂ ਗੇਮਸ ਇੱਕ ਤੋਂ ਪੜੋਗੇ ਆਪਣਾ ਜਿਹੜੀ ਇਹ ਸਕੀਮ ਚਲਾਈ ਹੈ ਇਹ ਇੱਕ ਨਿਊ ਡਿਜੀਟਲ ਇਨੀਸ਼ੀਏਟਿਵ ਹੈ ਸਕੀਮ ਆਪਣਾ ਤ੍ਰਿਪੁਰਾ ਦੀ ਗਵਰਨਮੈਂਟ ਨੇ ਚਲਾਈ ਹੈ ਤਾਂ ਡੀ ਆਪਸ਼ਨ ਤ੍ਰਿਪੁਰਾ ਦੇ ਉੱਤੇ ਤੁਸੀਂ ਟਿਕ ਲਾ ਦੋਗੇ ਬਹੁਤ ਹੀ ਫੇਮਸ ਤ੍ਰਿਪੁਰਾ ਦੀ ਗੱਲ ਕਰੀਏ ਤਾਂ ਤ੍ਰਿਪੁਰਾ ਦੀ ਕੈਪੀਟਲ ਆਸ ਕਰ ਲੈਂਦਾ ਹੁੰਦਾ ਹੈ ਤ੍ਰਿਪੁਰਾ ਦੀ ਕੈਪੀਟਲ ਹੈਗਾ ਅਗਰਤਲਾ ਤ੍ਰਿਪੁਰਾ ਦੀ ਕੈਪੀਟਲ ਹੈ ਸੀਐਮ ਹੈਗਾ ਇਸ ਦਾ ਵਿਪਲਵ ਕੁਮਾਰ ਵਿਪਲਵ ਕੁਮਾਰ ਇਸ ਦਾ ਸੀਐਮ ਹੈ ਤੇ ਗਵਰਨਰ ਹੈਗਾ ਰਮੇਸ਼ ਬਾਇਸ ਤਾਂ ਰਮੇਸ਼ ਬਾਇਸ ਗਵਰਨਰ ਹੈਗਾ ਤ੍ਰਿਪੁਰਾ ਦਾ ਤ੍ਰਿਪੁਰਾ ਇੱਕ ਹੈ ਜਿਹੜੀ ਤਿੰਨੇ ਪਾਸਿਓ ਤੋਂ ਬੰਗਲਾਦੇਸ਼ ਕੰਟਰੀ ਦੇ ਨਾਲ ਕਿਰੀ ਹੋਈ ਹੈ ਤਾਂ ਤ੍ਰਿਪੁਰਾ ਜਿਹੜੀ ਸਟੇਟ ਹੈ 3 ਸਾਈਡਸ ਤੋਂ ਬੰਗਲਾਦੇਸ਼ ਨੇ ਕੇਰ ਰੱਖਿਆ ਤ੍ਰਿਪੁਰਾ ਨੂੰ ਬਿਲਕੁਲ एवरीवन ਓਕੇ ਇਹ ਵੀ ਕੁਐਸਚਨ ਇਗਜ਼ਾਮ ਦੇ ਵਿੱਚ ਆਇਆ ਹੋਇਆ ਹੈਗਾ ਨੈਕਸਟ ਇਨ ਵਟ ਨੇਮ ਇਜ਼ ਦੀ ਫਾਊਂਡੇਸ਼ਨ ਆਫ ਦੀ ਫਰਸਟ ਹਿੰਦੂ ਟੈਂਪਲ ਲੇਡ ਇਨ ਦੀ ਕੈਪੀਟਲ ਆਫ ਪਾਕਿਸਤਾਨ ਤਾਂ ਪਾਕਿਸਤਾਨ ਜਿਹੜੀ ਕੈਪੀਟਲ ਹੈ ਇਸਲਾਮਾਬਾਦ ਉਸ ਦੇ ਵਿੱਚ ਇੱਕ ਹਿੰਦੂ ਟੈਂਪਲ ਕੰਸਟਰਕਟ ਹੋ ਰਿਹਾ ਬਹੁਤ بڑا ਹਿੰਦੂ ਟੈਂਪਲ ਤਾਂ ਉਸ ਦਾ ਨਾਮ ਰੱਖਿਆ ਆਪਣਾ ਕ੍ਰਿਸ਼ਨਾ ਤਾ ਕ੍ਰਿਸ਼ਨਾ ਟੈਂਪਲ ਰੱਖਿਆ ਸ਼੍ਰੀ ਕ੍ਰਿਸ਼ਨਾ ਟੈਂਪਲ ਤਾਂ ਡੀ ਆਪਸ਼ਨ ਸ਼੍ਰੀ ਕ੍ਰਿਸ਼ਨਾ ਟੈਂਪਲ ਦੇ ਉੱਤੇ ਤੁਸੀਂ ਟਿਕ ਲਾਉਂਗੇ ਬਿਲਕੁਲ ਓਕੇ ਤਾਂ ਪਾਕਿਸਤਾਨ ਦੀ ਕੈਪੀਟਲ ਤਾਂ ਤੁਹਾਨੂੰ ਪਤਾ ਹੀ ਹੈ اسلامਾਬਾਦ ਹੈਗੀ ਆ ਪਾਕਿਸਤਾਨ ਦੀ ਕਰੰਸੀ ਰੁਪਈ ਜਿਵੇਂ ਆਪਣੀ ਇੰਡੀਅਨ ਰੁਪਈ ਹੈਗੀ ਆ ਓਵੇਂ ਪਾਕਿਸਤਾਨ ਦੇ ਵਿੱਚ ਵੀ ਰੁਪਈ ਹੀ ਕਰੰਸੀ ਹੈ ਬਿਲਕੁਲ ਓਕੇ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਦਾ ਪੀਐਮ ਤਾਂ ਤੁਹਾਨੂੰ ਪਤਾ ਹੀ ਹੈ ਆਪਣਾ ਇਮਰਾਨ ਖਾਨ ਇਸ ਦਾ ਪੀਐਮ ਹੈਗਾ ਆਪਣਾ ਪਾਕਿਸਤਾਨ ਦਾ ਨੈਕਸਟ ਵਰਡਸ ਆਫਸਟ ਯੋਗਾ ਯੂਨੀਵਰਸਿਟੀ ਆਊਟਸਾਈਡ ਇੰਡੀਆ ਵਿਵੇਕਾਨੰਦ ਯੋਗਾ ਯੂਨੀਵਰਸਿਟੀ ਲਾਂਚਡ ਇਨ ਤਾਂ ਪਹਿਲੀ ਯੂਨੀਵਰਸਿਟੀ ਆਊਟਸਾਈਡ ਇੰਡੀਆ ਇੰਡੀਆ ਜਿਸ ਦਾ ਹੈਗੇ ਨਾ ਉਸ ਤੋਂ ਬਾਹਰ ਯੂਨੀਵਰਸਿਟੀ ਲਾਂਚ ਕੀਤੀ ਹੈ ਉਸ ਦਾ ਨਾਮ ਵਿਵੇਕਾਨੰਦ ਯੋਗਾ ਯੂਨੀਵਰਸਿਟੀ ਰੱਖਿਆ ਇਹ ਲਾਂਚ ਹੋ ਰਹੀ ਹੈ ਆਪਣੀ ਨਿਊਯਾਰਕ ਅਮਰੀਕਾ ਦੇ ਵਿੱਚ ਇੰਟਰਨੈਸ਼ਨਲ ਯੋਗਾ ਡੇ ਦੇ ਉੱਤੇ ਲਾਂਚ ਹੋਈ ਹੈ ਇਹ ਤਾਂ ਨਿਊਯਾਰਕ ਅਮਰੀਕਾ ਦੇ ਵਿੱਚ ਇਹ ਯੂਨੀਵਰਸਿਟੀ ਬਣਾਈ ਜਾਊਗੀ ਜਿੱਥੇ ਕਲਾਸੀ ਯੋਗਾ ਦੇ ਆ ਸਪੈਸ਼ਲ ਲਗਾਈਆਂ ਜਾਣਗੀਆਂ ਤਾਂ ਤੁਹਾਨੂੰ ਪਤਾ ਹੀ ਹੈ ਜੇ ਆਪਾਂ ਯੂਐਸਏ ਦੀ ਗੱਲ ਕਰੀਏ ਇਸ ਦੀ ਕੈਪੀਟਲ ਵਾਸ਼ਿੰਗਟਨ ਡੀਸੀ ਯੂਨੋ ਵੈਰੀ ਵੈਲ ਬਹੁਤ ਵਾਰੀ ਕੁਐਸਚਨ ਐਗਜ਼ਾਮ ਦੇ ਵਿੱਚ ਆਸ ਕਰਦਾ ਹੈ ਵੀ ਯੂਐਸਏ ਦੀ ਕੈਪੀਟਲ ਕਿਹੜੀ ਹੈ ਵਾਸ਼ਿੰਗਟਨ ਡੀਸੀ ਯੂਐਸਏ ਦੀ ਕੈਪੀਟਲ ਹੈ ਇਸ ਦਾ ਪ੍ਰੈਜ਼ੀਡੈਂਟ ਤਾਂ ਤੁਹਾਨੂੰ ਪਤਾ ਹੀ ਹੈਗਾ ਆਪਣਾ ਡੋਨਲਡ ਟਰੰਪ ਇਸ ਦਾ ਪ੍ਰੈਜ਼ੀਡੈਂਟ ਹੈਗਾ ਬਿਲਕੁਲ ਓਕੇ ਨੈਕਸਟ ਵਿਚ 10 ਇਅਰ 올ਡ ਇੰਡੀਅਨ ਓਰੀਜਿਨ ਸਟੂਡੈਂਟ ਹੈਜ਼ ਬੀਨ ਔਨਰਡ ਬਾਈ ਯੂ ਐਸ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਤਾਂ ਡੋਨਲਡ 트ੰਪ ਨੇ ਇਹਨੂੰ ਰੀਸੈਂਟਲੀ 10 ਇਅਰਸ ਦੀ ਕੋਈ ਇੰਡੀਅਨ ਓਰੀਜਿਨ ਕੋ ਅਵਾਰਡ ਦਿੱਤਾ ਹੈਗਾ ਸਨਮਾਨਿਆ ਉਸ ਨੂੰ ਤਾਂ ਉਸ ਦਾ ਨਾਮ ਕੀ ਹੈਗਾ ਤਾਂ ਉਸ ਦਾ ਨਾਮ ਹੈਗਾ ਬੇਟਾ ਸ਼ਰਵਿਆ ਅਨਪ੍ਰੀ ਤਾ ਸ਼ਰਵਿਆ ਅਨਪ੍ਰਦੀਨਾ ਦੀ ਇੱਕ ਗਰਲ ਹੈਗਾ 10 ਇਅਰਸ ਦੀ ਉਹਨੇ ਕੋਵਿਡ 19 ਪੈਂਡੈਮਿਕ ਦੇ ਵਿੱਚ ਲਵ ਨੂੰ ਫੈਲਾਇਆ ਹੈਗਾ ਤਾਂ ਦੈਟਸ ਵਾਈ ਉਸ ਨੂੰ ਸਨਮਾਨਿਆ ਗਿਆ ਇਹ 10 ਸਾਲ ਦੀ ਗੱਲ ਹੈ ਦੇਖੋ ਇੱਕ ਛੋਟੇ ਛੋਟੇ ਉਮਰਾਂ ਦੇ ਵਿੱਚ ਲੋਕੀ ਕੀ ਕੁਝ ਕਰਿਆ ਜਾਂਦੇ ਨੇ ਦੇਖੋ ਇੰਨੇ ਫੇਮਸ ਹੋ ਜਾਂਦੇ ਨੇ ਠੀਕ ਹੈ ਨਾ ਬਹ ਹਾਰਡ ਵਰਕ ਦੀ ਗੱਲ ਹੁੰਦੀ ਹੈ ਬੇਟਾ ਕੋਈ ਆਪਣੀ ਮਿਹਨਤ ਕਰਦਾ ਕਿਸੇ ਕੰਮ ਲਈ ਕੋਈ ਮਿਹਨਤ ਕਰਦਾ ਹੈਗਾ ਤਾਂ ਜ਼ਿੰਦਗੀ ਦੇ ਵਿੱਚ ਤਰੱਕੀ ਤਾਂ ਉਹਨੂੰ ਮਿਲਦੀ ਹੀ ਮਿਲਦੀ ਹੈ ਠੀਕ ਹੈ ਨਾ ਤਾਂ ਕੁਝ ਵੀ ਕਰੋ ਬਸ ਆਪਣਾ ਕਰਦੇ ਜਾਓ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਤਰੱਕੀ ਜ਼ਰੂਰ ਮਿਲੇਗੀ ਠੀਕ ਹੈ ਨੈਕਸਟ ਵਿਚ ਪਾਕਿਸਤਾਨੀ ਸਿੱਖ ਔਰਵਮੈਨ ਜਰਨਲਿਸਟ ਇਸ ਅਵਾਰਡਡ ਦੀ ਬ੍ਰਿਟਿਸ਼ ਅਵਾਰਡ ਤਾਂ ਪਹਿਲੀ ਵਾਰ ਹੋਇਆ ਕਿਸੇ ਪਾਕਿਸਤਾਨੀ ਸਿੱਖ ਔਰਵਮੈਨ ਨੂੰ ਜਰਨਲਿਸਟ ਦਾ ਅਵਾਰਡ ਮਿਲਿਆ ਬ੍ਰਿਟਿਸ਼ ਅਵਾਰਡ ਤਾਂ ਉਹਦਾ ਨਾਮ ਹੈਗਾ ਮਨਮੀਤ ਕੋਰ ਤਾਂ ਮਨਮੀਤ ਕੋਰ ਨਾਮ ਹੈਗਾ ਮਨਮੀਤ ਕੋਰ ਨਾ ਦੀ ਇੱਕ ਲੇਡੀ ਹੈਗੀ ਹੈ ਉਸ ਨੂੰ ਆਪਣਾ ਬ੍ਰਿਟਿਸ਼ ਦਾ ਅਵਾਰਡ ਮਿਲਿਆ ਜਰਨਲਿਸਟ ਦਾ ਠੀਕ ਹੈ ਨੈਕਸਟ नेपाल रिलीजिस न्यू मैप शोइंग इंडियन टेरिटरी एज इट्स ओन व्हिच ऑफ द फॉलोइंग ਤਾਂ ਤੁਹਾਨੂੰ ਪਤਾ ਨੇਪਾਲ ਦੇ ਨਾਲ ਆਪਣੇ ਇੰਡੀਆ ਦਾ ਡਿਸਪਿਊਟ ਚੱਲ ਰਿਹਾ ਹੈਗਾ ਉਹਨੇ ਇੱਕ ਨਵਾਂ ਮੈਪ ਲਾਂਚ ਕਰਤਾ ਸੀਗਾ ਨੇਪਾਲ ਨੇ ਤਾਂ ਉਸ ਦੇ ਵਿੱਚ ਜਿਹੜਾ ਡਿਸਪਿਊਟਿਡ ਏਰੀਆ ਨੇ ਉਸਨੇ ਆਪਣੇ ਮੈਪ ਦੇ ਵਿੱਚ ਰੱਖ ਲਿਆ ਸੀਗਾ ਤਾਂ ਉਹ ਡਿਸਪਿਊਟਿਡ ਏਰੀਆ ਹੈਗੇ ਨੇ ਲਿਪੂਲੇਖ ਕਾਲਾ ਪਾਣੀ ਤੇ ਲਿੰਪਿਆਦੁਰਾ ਆਲ ਆਫ ਦੀ ਅਬਵ ਤਾਂ ਆਲ ਆਫ ਦੀ ਅਬਵ ਤਿੰਨੇ ਜਿਹੜੇ ਡਿਸਪਿਊਟਿਡ ਲੈਂਡ ਨੇ ਲਿਪੂਲੇਖ ਵੀ ਤੇ ਕਾਲਾ ਪਾਣੀ ਵੀ ਤੇ ਆਪਣੀ ਲਿੰਪੀਆ ਦੂਰਾ ਤੇ ਤਿੰਨੇ ਦੇ ਤਿੰਨੇ ਉਸਨੇ ਆ ਨੇਪਾਲ ਨੇ ਆਪਣੇ ਮੈਪ ਦੇ ਵਿੱਚ ਸ਼ੋ ਕਰ ਲਿਆ ਸੀਗਾ ਠੀਕ ਹੈ ਤਾਂ ਨੇਪਾਲ ਦੀ ਗੱਲ ਕਰੀਏ ਤੁਸੀਂ ਭੁੱਲ ਗਏ ਹੋਗੇ ਨੇਪਾਲ ਨੂੰ ਤਾਂ ਨੇਪਾਲ ਦੀ ਗੱਲ ਕਰੀਏ ਕੈਪੀਟਲ ਤਾਂ ਹੈਗਾ ਇਸਦੀ ਕਾਠਮੰਡੂ ਤਾਂ ਕਾਠਮੰਡੂ ਕੈਪੀਟਲ ਹੈ ਕਰੰਸੀ ਇਸਦੀ ਵੀ ਰੁਪਈਆ ਹੈ ਤਾਂ ਇੰਡੀਆ ਦੀ ਵੀ ਰੁਪਈ ਪਾਕਿਸਤਾਨ ਦੀ ਵੀ ਰੁਪਈ ਨੇਪਾਲ ਦੀ ਵੀ ਰੁਪਈ ਹੀ ਕਰੰਸੀ ਹੈ ਤਾਂ ਪੀਐਮ ਹੈਗਾ ਕੇਪੀ ਔਲੀ ਜਿਹਨੂੰ ਆਪਾਂ ਖੜਗਾ ਪ੍ਰਸ਼ਾਦ ਔਲੀ ਕਹਿੰਦੇ ਆ ਤੇ ਦਾ ਪ੍ਰੈਜ਼ੀਡੈਂਟ ਵਿਦਿਆ ਦੇਵੀ ਭੰਡਾਰੀ ਇੱਕ ਲੇਡੀ ਹੈ ਵਿਦਿਆ ਦੇਵੀ ਭੰਡਾਰੀ ਬਿਲਕੁਲ एवरीवन ओके ਨੈਕਸਟ ਹੂ ਵਿਲ ਲਾਂਚ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਔਨ 20th ਜੂਨ 2020 ਫਰਮ ਬੈਲਦੋਰ ਆਫ ਕਾਗਰੀਆ ਡਿਸਟ੍ਰਿਕਟ ਆਫ ਬਿਹਾਰ ਤਾਂ ਪਹਿਲਾ ਕੁਐਸਚਨ ਹੈ ਵੀ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਜਿਹੜੀ ਹੈ ਕਿੱਥੋਂ ਲਾਂਚ ਕੀਤੀ ਗਈ ਹੈ ਬਿਹਾਰ ਦੇ ਡਿਸਟ੍ਰਿਕਟ ਕਾਲਦਰੀਆ ਤੋਂ ਲਾਂਚ ਕੀਤੀ ਗਈ ਹੈ ਕਿਸ ਨੇ ਲਾਂਚ ਕੀਤੀ ਸੀਗੀ 2 जून ਨੂੰ ਨਰਿੰਦਰ ਮੋਦੀ ਜੀ ਨੇ ਪੀਐਮ ਨਰਿੰਦਰ ਮੋਦੀ ਜੀ ਨੇ ਲਾਂਚ ਕੀਤੀ ਸੀ ਐਬਲੀ ਸਕੀਮ ਤਾਂ ਤੁਹਾਨੂੰ ਪਤਾ ਹੈ ਵੀ ਨਾ ਮੋਸਟ ਆਫ ਜਿਹੜੇ ਸੀਗੇ ਆਪਣੇ ਮਾਈਗ੍ਰੈਂਟ ਵਰਕਰ ਸੀਗੇ ਉਹ ਆਪਣੇ ਆਪਣੇ ਵਿਲੇजेस ਦੇ ਵਿੱਚ ਚਲੇ ਗਏ ਤਾਂ ਹੁਣ ਉਹਨਾਂ ਨੂੰ ਔਖਾ ਉੱਥੇ ਵੀ ਹੋ ਰਿਹਾ ਕਿਉਂਕਿ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਪ੍ਰੋਗਰਾਮਸ ਇਨੀਸ਼ੀਏਟ ਹੋ ਰਹੇ ਹੋਏ ਹੋਏ ਨੇ ਤਾਂ ਉਹਨਾਂ ਦੇ ਵਿੱਚ ਉਹਨਾਂ ਵਰਕਰਜ਼ ਨੂੰ ਰੱਖਿਆ ਜਾਵੇ ਕਿਉਂਕਿ ਉਹਨਾਂ ਉਹ ਵੀ ਕੋਈ ਨਾ ਕੋਈ ਕੰਮ ਦੇ ਵਿੱਚ ਸਕਿੱਲ ਹੈਗੇ ਨੇ ਤਾਂ ਇਸ ਦੀ ਗੱਲ ਕਰੀਏ ਤਾਂ ਇਹ ਕਿਉਂ ਦਾ ਮੇਨ ਆਬਜੈਕਟਿਵ ਕੀ ਹੈ ਟੂ ਬੂਸਟ EMPLOIEMENT ਐਂਡ LIVELIHOOD OPPORTUNITY ਫਾਰ MIGRANT WORKERS ਰਿਟਰਨਿੰਗ ਟੂ ਵਿਲੇਜਸ ਠੀਕ ਹੈ ਨਾ ਜਿਹੜੇ ਆਪਣੇ ਵਿਲੇਜਸ ਦੇ ਵਿੱਚ ਆਏ ਨੇ ਇਹ ਵਰਕ ਫਾਰ ਵਨ ਟਾਈਮ ਹੈ ਇੱਕ ਇੱਕ ਵਾਰ ਦਾ ਕੰਮ ਹੈ 125 ਡੇਸ ਦਾ ਤਾਂ 125 ਡੇਸ ਦੇ ਲਈ ਉਹਨਾਂ ਨੂੰ ਵਰਕ ਦਿੱਤਾ ਜਾਏਗਾ ਉਸ ਦੇ ਅਕੋਰਡਿੰਗ ਉਹਨਾਂ ਨੂੰ ਪੈਸਾ ਮਿਲੇਗਾ ਜ਼ਰੂਰ ਤੇ ਲਾਂਚ ਹੋਇਆ ਨੇ 6 ਡਿਸਟ੍ਰਿਕਟ ਅਪ 6 ਸਟੇਟਸ ਦੇ ਜੇ ਵੀ ਕੁਐਸਚਨ ਹੈ ਵੀ ਕਿੰਨੀਆਂ ਸਟੇਟਾਂ ਵਿੱਚ ਲਾਂਚ ਹੋਇਆ ਇਹ ਵਾਲਾ 6 ਸਟੇਟਸ ਵਿੱਚ ਲਾਂਚ ਹੋਇਆ ਹੈ ਤੇ ਟੋਟਲ 116 ਡਿਸਟ੍ਰਿਕਟਸ ਦੇ ਵਿੱਚ 6 ਸਟੇਟਾਂ ਦੇ 116 ਡਿਸਟ੍ਰਿਕਟ ਦੇ ਵਿੱਚ ਸਭ ਤੋਂ ਬਾਅਦ ਡਿਸਟ੍ਰਿਕਟ ਇਹ ਵੀ ਕੁਸ਼ਨ ਆ ਸਕਦਾ ਬਿਹਾਰ ਦੇ 32 ਡਿਸਟ੍ਰਿਕਟ ਦੇ ਵਿੱਚ ਲਾਂਚ ਕੀਤੀ ਗਿਆ ਬਿਹਾਰ ਹੈਗਾ ਯੂਪੀ ਹੈਗਾ ਐਮਪੀ ਹੈਗਾ ਰਾਜਸਥਾਨ ਓਡੀਸ਼ਾ ਤੇ ਝਾਰਖੰਡ ਤਾਂ ਬਿਹਾਰ ਯੂਪੀ ਰਾਜਸਥਾਨ ओके एमपी उड़ीसा ਤੇ झारखंड ਦੇ ਵਿੱਚ ਜਿਹੜੇ ਲੋਕ ਗਏ ਨੇ ਇਹ ਮਜ਼ਦੂਰ ਲੋਕ ਉਹਨਾਂ ਦੇ ਲਈ ਸਕੀਮ ਚਲਾਈ ਗਈ ਹੈ ਤੇ ਟੋਟਲ ਨੰਬਰ ਆਫ ਮਿਨਿਸਟਰੀ ਦੇ ਡਿਪਾਰਟਮੈਂਟ ਜਿੰਨੇ ਵੀ ਕੰਮ ਕਰ ਰਹੇ ਨੇ ਇਸ ਦੇ ਅੰਡਰ ਤਾਂ 12 ਮਿਨਿਸਟਰੀਆਂ ਤੇ ਡਿਪਾਰਟਮੈਂਟ ਕੰਮ ਕਰ ਰਹੇ ਨੇ ਇਸ ਜਿਹੜੀ ਯੋਜਨਾ ਨੂੰ ਮਤਲਬ ਪੂਰਾ ਕਰਨ ਦੇ ਲਈ ਬਿਲਕੁਲ एवरीवन ओके नेक्स्ट who was elected as the president of 75th united general assembly ta har saal ik united general assembly hundi hai ta oda president niyukt hunda hai har saal wangu ta o nawa president jera baneya o walcan vazikar baneya ta walcan vazikar ik turkish hai ga turke diplomat hai ga ta walcan vazikar baneya united uh, nations general assembly 75th nawa president jera niyukt hoya next who has been appointed as kirgistan prime new prime minister ta kirgistan da jara pichla prime minister siga ohne resign deta siga ta kirgistan de vich nawa prime minister jara baneya hega that is the kobatbek boronov baneya ta kobatbek boronov na da person eh nawa kirgistan da ko ke to kirgistan ke to kobatbek boronov apna nawa pm baneya ta kirgistan di je aap gall kariye ਤਾ ਕਿਰਗਿਸਤਾਨ ਦੀ ਕੈਪੀਟਲ ਬਿਸ਼ਕੇਕ ਬਹੁਤ ਵਾਰੀ ਐਗਜ਼ਾਮ ਚ ਆਈ ਹੋਈ ਹੈ ਵੀ ਕਿਰਗਿਸਤਾਨ ਦੀ ਕੈਪੀਟਲ ਕੀ ਹੈ ਬਿਸ਼ਕੇਕ ਇਸ ਦੀ ਕੈਪੀਟਲ ਹੈ ਤੇ ਕਰੰਸੀ ਕੀ ਹੈ ਗਿਆ ਸੋਮ ਇਸ ਦੀ ਕਰੰਸੀ ਹੈ ਗਿਆ ਬਿਲਕੁਲ एवरीवन ਓਕੇ ਨੈਕਸਟ ਇੰਡੀਆ ਹੈਜ਼ ਇਲੈਕਟਡ ਅਨ ਅਪੋਜ਼ਡ 4 ਐਂਡ 8th ਟਰਮ 8ਵੀਂ ਵਾਰ ਇੰਡੀਆ ਸਿਲੈਕਟ ਹੋਇਆ ਅ ਨੋਨ ਪਰਮਨੈਂਟ ਮੈਂਬਰ ਆਫ ਯੂਨਾਈਟਿਡ ਨੇਸ਼ਨ ਸਕਿਉਰਟੀ ਕੌਂਸਲ ਜਿਹੜੀ ਆਪਣੀ ਯੂਨ ਐਨ ਐਸ ਸੀ ਆਪਾਂ ਬੋਲਦੇ ਹੁਣਾਂ ਯੂਨਾਈਟਿਡ ਨੇਸ਼ਨ ਸਕਿਉਰਟੀ ਕੌਂਸਲ ਫॉर ਹਾਊ ਮੈਨ ਇਅਰ ਸਟਾਰਟਿੰਗ ਫਰਮ ਜਨਵਰੀ 2021 ਜਨਵਰੀ 2021 ਤੋਂ ਇੰਡੀਆ ਨਾਨ ਪਰਮਾਨੈਂਟ ਮੈਂਬਰ ਬਣੂਗਾ ਤਾਂ ਉਹ ਆਪਣੇ 2 ਸਾਲ ਦੇ ਟੈਨਿਓਰ ਲਈ ਬੰਦਾ ਹੁੰਦਾ ਕਿਉਂਕਿ ਤੁਹਾਨੂੰ ਜੇ ਪੜਿਆ ਹੋਇਆ ਥੋੜਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੋ ਤਰ੍ਹਾਂ ਦੇ ਮੈਂਬਰ ਹੁੰਦੇ ਨੇ ਇੱਕ ਹੁੰਦੇ ਨੇ ਪਰਮਾਨੈਂਟ ਤਾਂ ਪੰਜ ਪਰਮਾਨੈਂਟ ਮੈਂਬਰ ਹੁੰਦੇ ਨੇ ਇਹ ਵੀ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆ ਚੁੱਕਿਆ ਤਾਂ ਕਿੰਨੇ ਪਰਮਾਨੈਂਟ ਮੈਂਬਰ ਨੇ ਪੰਜ ਤਾਂ ਉਹ ਕਿਹੜੇ ਕਿਹੜੇ ਹੈਗੇ ਨੇ ਯੂਕੇ ਯੂਐਸਏ ਚਾਈਨਾ ਫਰਾਂਸ ਤੇ ਰਸ਼ੀਆ ਤਾਂ ਇੱਕ ਯੂਕੇ ਇੱਕ ਯੂਐਸਏ ਇੱਕ ਚਾਈਨਾ ਰਸ਼ੀਆ ਤੇ ਫਰਾਂਸ ਇਹ ਪੰਜ ਕੰਟਰੀਆਂ ਨੇ ਜਿਹੜੇ ਪਰਮਾਨੈਂਟ ਮੈਂਬਰਸ ਨੇ ਬਟ 10 ਹੁੰਦੇ ਨੇ ਨੋਨ ਪਰਮਾਨੈਂਟ ਵੀ ਕਿੰਨੇ ਨੋਨ ਪਰਮਾਨੈਂਟ ਕੰਟਰੀਜ਼ ਹੁੰਦੇ ਨੇ 10 ਤਾਂ ਉਹਦੇ ਉਹਨਾਂ ਦਾ 10 ਨਰ 2 ਸਾਲ ਦੇ ਲਈ ਸਿਲੈਕਟ ਕੀਤਾ ਜਾਂਦਾ ਹੁੰਦਾ ਜਿਹੜੇ ਆਪਣੇ 10 ਨੋਨ ਪਰਮਾਨੈਂਟ ਮੈਂਬਰਸ ਹੁੰਦੇ ਨੇ ਬਿਲਕੁਲ ਓਕੇ ਨੈਕਸਟ ਇੰਡੀਆ ਇਕਨੋਮੀ ਇਜ਼ ਟੂ ਗਰੋ ਬਾਈ ਹਾਊ ਮਚ ਪਰਸੈਂਟ ਇਨ 21 ਤੋਂ 22 ਅਕੋਰਡਿੰਗ ਟੂ ਏਡੀਬੀ ਏਸ਼ੀਅਨ ਡਿਵੈਲਪਮੈਂਟ ਆਊਟਲੁੱਕ ਰਿਪੋਰਟ ਤਾਂ ADB ਦੀ ਰਿਪੋਰਟ ਦੇ ਅਕੋਰਡਿੰਗ ਇੰਡੀਆ 5% ਗਰੋਅ ਕਰੇਗਾ ਤਾਂ D 5% ਦੇ ਉੱਤੇ ਤੁਸੀਂ ਟਿਕ ਲਾ ਦੋਗੇ ADB ਤੁਹਾਨੂੰ ਪਤਾ ਹੈ ਏਸ਼ੀਅਨ ਡਿਵੈਲਪਮੈਂਟ ਬੈਂਕ ਹੈਗਾ ਬਹੁਤ ਹੀ ਫੇਮਸ ਬੈਂਕ ਹੈ ਏਸ਼ੀਅਨ ਡਿਵੈਲਪਮੈਂਟ ਬੈਂਕ ਆਪਣਾ ਇਹਦਾ ਹੈੱਡਕ quart ਇਗਜ਼ਾਮ ਦੇ ਵਿੱਚ ਬਹੁਤ ਵਾਰੀ ਆ ਚੁੱਕਿਆ ਇਸਦਾ ਹੈੱਡਕ quart ਮਨੀਲਾ ਫਿਲੀਪੀਨਸ ਦੇ ਵਿੱਚ ਇਸਦਾ ਹੈੱਡਕ quart ਹੈ ਤੇ ADB ਬਣਿਆ ਸੀਗਾ 1966 ਦੇ ਵਿੱਚ ਐਸਟੈਬਲਿਸ਼ ਹੋਇਆ ਪਿਆ ADB ਸਾ ਆਈਡੀਬੀ ਬੈਂਕ ਆਪਣਾ 1966 ਦੇ ਵਿੱਚ ਐਸਟੈਬਲਿਸ਼ ਹੋਇਆ ਤੇ ਮਨੀਲਾ ਫਿਲੀਪੀਨਸ ਦੇ ਵਿੱਚ ਇਸ ਦਾ ਹੈੱਡਕੁਆਟਰ ਹੈਗਾ ਠੀਕ ਹੈ ਨਾ ਤਾਂ ਮਨੀਲਾ ਫਿਲੀਪੀਨਸ ਦੇ ਵਿੱਚ ਹੈੱਡਕੁਆਟਰ ਹੈ ਨੈਕਸਟ ਕਰਨਾਟਕਾ ਅਬਜ਼ਰਵਡ ਵਿਚ ਡੇ ਐਜ਼ ਮਾਸਕ ਡੇ ਤਾਂ ਮਾਸਕ ਡੇ ਵੀ ਕੁਸ਼ਨ ਆ ਵੀ ਮਾਸਕ ਡੇ ਕਿਹੜੀ ਸਟੇਟ ਨੇ ਰੀਸੈਂਟਲੀ ਲਾਂਚ ਕੀਤਾ ਹੈ ਕਰਨਾਟਕਾ ਸਟੇਟ ਨੇ ਲਾਂਚ ਕੀਤਾ ਹੈ ਵੀ ਤਾਂ ਜੋ ਟੂ ਕ੍ਰੀਏਟ ਅਵੇਅਰਨੈਸ ਟੂ ਦੀ ਜਰਨਲ ਪਬਲਿਕ ਓਨ ਦੀ ਇੰਪੋਰਟੈਂਸ ਆਫ ਵੇਅਰਿੰਗ ਮਾਸਕ ਯੂਜ਼ਿੰਗ ਸੈਨੀਟਾਈਜ਼ਰ ਵਾਸ਼ਿੰਗਨ ਐਂਡ ਮੈਂਟੇਨਿੰਗ ਸੋਸ਼ਲ ਡਿਸਟੈਂਸ ਦੇ ਲਈ ਤਾਂ ਮਾਸਕ ਡੇ ਆਪਾਂ ਸੈਲੀਬ੍ਰੇਟ ਕਰਦੇ ਆ 18 ਜੂਨ ਨੂੰ ਤਾਂ 18 ਜੂਨ ਨੂੰ ਸੈਲੀਬ੍ਰੇਟ ਹੁੰਦਾ ਮਾਸਕ ਡੇ ਕਰਨਾਟਕਾ ਸਟੇਟ ਨੇ ਪਹਿਲੀ ਵਾਰ ਨਵਾਂ ਡੇ ਇਹ ਵਾਲਾ ਲਾਂਚ ਕੀਤਾ ਹੈਗਾ ਬਿਲਕੁਲ ਓਕੇ ਨੈਕਸਟ ਹੂ ਰੋਟ ਦੀ ਬੁੱਕ ਦੀ ਰੂਮ ਵੇਅਰ ਇਟ ਹੈਪਨਡ ਦੀ ਰੂਮ ਵੇਅਰ ਇਟ ਹੈਪਨਡ ਜਿਹੜੀ ਹੈਗੀ ਐ ਇਹ ਬੁੱਕ ਲਿਖਿਆ ਜான் ਬੋਲਟਨ ਨੇ ਤਾਂ ਜான் ਬੋਲਟਨ ਇੱਕ ਐਡਵਾਈਜ਼ਰ ਹੈਗਾ ਸੀਗਾ ਸਿਕਿਉਰਟੀ ਐਡਵਾਈਜ਼ਰ ਸੀਗਾ ਆਪਣਾ ਡੋਨਲਡ 트੍ਰੰਪ ਦਾ ਤਾਂ ਆਪਸ਼ਨ ਦੇ ਵਿੱਚ ਡੋਨਲਡ 트੍ਰੰਪ ਵੀ ਆ ਸਕਦਾ ਹੈ ਤਾਂ ਉਹਦੇ ਵਾਈਟ ਹਾਊਸ ਦੇ ਵਿੱਚ ਲਿਖੇ ਨੇ ਕਿਉਂਕਿ ਵਾਈਟ ਹਾਊਸ ਵਿੱਚ ਉਹਦੇ ਨਾਲ ਰਹਿੰਦਾ ਸੀਗਾ ਸਿਕਿਉਰਟੀ ਕਾਉਂਸਲ ਐਡਵਾਈਜ਼ਰ ਸੀਗਾ ਤਾਂ ਜான் ਵਾਲਟਰ ਨੇ ਬੁੱਕ ਲਿਖੀ ਹੈ ਆਪਣਾ ਮੇਨ ਡੋਨਲਡ 트੍ਰੰਪ ਦੇ ਉੱਤੇ ਦੀ ਰੂਮ ਵੇਅਰ ਇਟ ਹੈਪਨ ਨੈਕਸਟ which state government has recently abolished reservation in promotion in government jobs ਤਾਂ government job ਜਿਹੜੀ ਰੈਜ਼ਰਵੇਸ਼ਨ ਦੀ ਪ੍ਰਮੋਸ਼ਨਾਂ ਹੁੰਦੀਆਂ ਨੇ ਉਸ ਦੇ ਉੱਤੇ ਰੋਕ ਲਗਾ ਦਿੱਤੀ ਤਾਂ ਉਹ ਰੋਕ ਲਗਾਈ ਆ ਉੱਤਰਾਖੰਡ ਸਟੇਟ ਨੇ ਤਾਂ that is the ਉੱਤਰਾਖੰਡ ਸਟੇਟ ਦੀ ਗੱਲ ਕਰੀਏ ਉੱਤਰਾਖੰਡ ਸਟੇਟ ਦੀ ਕੈਪੀਟਲ ਦੈਰਾਦੂਨ ਹੈ ਤੇ ਹੁਣੇ ਰੀਸੈਂਟਲੀ ਤੁਸੀਂ ਆਪਾਂ ਪਹਿਲਾਂ ਹੀ ਕੁਐਸਚਨ ਕੀਤਾ ਸੀਗਾ ਇਹਨੇ ਸਮਰ ਆਪਣੀ ਕੈਪੀਟਲ ਲਾਂਚ ਕੀਤੀ ਸੀਗੀ ਗੈਰਸੀਨ ਤਾਂ ਉੱਤਰਾਖੰਡ ਦੀ ਨਵੀਂ ਕੈਪੀਟਲ ਗੈਰਸੀਨ ਹੈਗੀ ਆ ਤਾਂ ਗੈਰਸੀਨ ਸਮਰ ਕੈਪੀਟਲ ਹੈ ਵਿంటర్ ਕੈਪੀਟਲ ਆਪਣੀ ਦੈਰਾਦੂਨ ਹੁੰਦੀ ਹੈ ਤੇ ਸੀਐਮ ਹੈਗਾ ਆਪਣਾ ਤਰਵਿੰਦਰ ਸਿੰਘ ਰਾਵਤ ਇਸ ਦਾ ਸੀਐਮ ਹੈਗਾ ਤੇ ਗਵਰਨਰ ਬੇਵੀ ਰਾਣੀ ਮੋਰਿਆ ਗਵਰਨਰ ਹੈਗਾ ਉੱਤਰਾਖੰਡ ਸਟੇਟ ਦੇ ਬਿਲਕੁਲ ਓਕੇ ਨੈਕਸਟ ਵਿਚ ਸਟੇਟ ਹੈਜ਼ ਲਾਂਚਡ ਰੀਸੈਂਟਲੀ ਸਕੀਮ ਕਾਲਡ ਇੰਦਰਾ ਰਸੋਈ ਤਾਂ ਇੰਦਰਾ ਰਸੋਈ ਜਿਹੜੀ ਸਕੀਮ ਹੈ ਰਾਜਸਥਾਨ ਸਟੇਟ ਨੇ ਲਾਂਚ ਕੀਤੀ ਹੈਗੀ ਹੈ ਇੰਦਰਾ ਰਸੋਈ ਰਾਜਸਥਾਨ ਨੇ ਲਾਂਚ ਕੀਤੀ ਹੈ ਤੇ ਨਾਮ बार-बार ਨਾ ਬਾ ਕੁਐਸਚਨ ਨੂੰ ਲਿਖੋ ਬਾ ਤੁਹਾਡੇ ਸਾਹਮਣੇ ਬਹੁਤ इजीली ਨੋਟਸ ਬਣਾਏ ਹੋਏ ਨੇ ਬਿਲਕੁਲ கரੈਕਟ ਆਨਸਰ ਨੇ ਆਹ ਹੋਪ ਕਰਦਾ ਵੀਡੀਓ ਤੁਹਾਨੂੰ ਬਹੁਤ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਆਪਣੇ ਫਰੈਂਡਸ ਦੇ ਵਿੱਚ ਬਿਦਾ ਨੂੰ ਜਿਆਦਾ ਤੋਂ ਜਿਆਦਾ ਸਟੂਡੈਂਟਸ ਆਪਣੇ ਗਰੁੱਪ ਦੇ ਵਿੱਚ ਜੁੜ ਜਣ ਨਾਲ ਵੀ ਜਿਆਦਾ ਤੋਂ ਜਿਆਦਾ ਆਪਣੇ ਚੈਨਲ ਦੀ ਚੈਨਲ ਦੇ ਵਿੱਚ ਆਹੰਤ ਤੇ ਉਹ ਵੀਡੀਓਜ਼ ਨੂੰ ਦੇਖਣ ਤੇ ਉਹਨਾਂ ਨੂੰ ਇੱਕ ਅੱਛਾ ਡਾਟਾ ਮਿਲ ਜਵੇ ਠੀਕ ਹੈ ਨਾ ਤਾਂ ਰਾਜਸਥਾਨ ਦੀ ਗੱਲ ਕਰੀਏ ਜੈਪੁਰ ਇਹਦੀ ਕੈਪੀਟਲ ਹੈਗਾ ਰਾਜਸਥਾਨ ਦੀ ਸੀਐਮ ਹੈਗਾ ਅਸ਼ੋਕ ਗਹਿਲੋਤ ਇਸ ਦਾ ਸੀਐਮ ਹੈ ਡਿਪਟੀ ਸੀਐਮ ਸਚਿਨ ਪਾਇਲੇਟ ਹੈ ਤੇ ਗਵਰਨਰ ਕਲਰਾਜ ਮਿਸ਼ਰਾ ਗਵਰਨਰ ਹੈਗਾ ਆਪਣਾ ਰਾਜਸਥਾਨ ਸਟੇਟ ਦਾ ਓਕੇ ਨੈਕਸਟ ਰੀਸੈਂਟਲੀ ਆ ਸਪੈਸ਼ਲ ਟ੍ਰੇਨ ਹੈਜ਼ ਬੀਨ ਸਟਾਰਟਡ ਬਾਈ ਸਿਡਬੀ ਫਾਰ ਨਿਊ ਐਂਟਰਪ੍ਰਨਰਰ ਬਾਈ ਵਟ ਨੇਮ ਤਾਂ ਐਂਟਰਪ੍ਰਨਰਰ ਦੇ ਲਈ ਸਿਡਬੀ ਬੈਂਕ ਨੇ ਨਵੇਂ ਲਾਂਚ ਕੀਤੇ ਆ ਸਪੈਸ਼ਲ ਟ੍ਰੇਨ ਵੀ ਤਾਂ ਜੋ ਪੈਸੇਂਜਰ ਆ ਜਾ ਸਕਣ ਉਹਨਾਂ ਦੇ ਜਿਹੜੇ ਆਪਣੇ ਕਾਰਜਕਰਤਾ ਹੁੰਦੇ ਨੇ ਸਿਡਬੀ ਬੈਂਕ ਦੇ ਦੈਟ ਇਜ਼ ਦਾ ਸਵਲੰਬਨ ਐਕਸਪ੍ਰੈਸ ਤਾਂ ਸਵਲੰਬਨ ਐਕਸਪ੍ਰੈਸ ਲਾਂਚ ਕੀਤੀ ਆ ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ ਸਿਡਬੀ ਦੀ ਗੱਲ ਕਰੀਏ ਸਮਾਲ ਇੰਡਸਟਰੀ ਡਿਵੈਲਪਮੈਂਟ ਬੈਂਕ ਆਫ ਇੰਡੀਆ ਸਿਡਬੀ establish ਹੋਇਆ ਸੀ 2nd of April 1990 ਨੂੰ ਤਾਂ 2 April 1990 ਵਿੱਚ ਐ ਸਟੈਬਲਿਸ਼ ਹੋਇਆ ਸੀਗਾ ਹੈਡਕੁਆਟਰ ਇਸ ਦਾ ਲਖਨਊ ਦੇ ਵਿੱਚ ਆ ਬਹੁਤ ਵਾਰੀ ਆਸ ਕਰਦਾ ਵੀ ਸਿਡਵੀ ਦਾ ਹੈਡਕੁਆਟਰ ਕਿੱਥੇ ਆ ਆਪਣਾ ਲਖਨਊ ਦੇ ਵਿੱਚ ਆ ਆਪਾਂ ਨੇ ਇੱਕ ਪਹਿਲਾਂ ਕੀਤਾ ਸੀਗਾ ਆਈ ਆਰ ਡੀ ਏ ਆਈ ਦਾ ਹੈੱਡਕੁਆਰਟਰ ਕਿੱਥੇ ਸੀਗਾ ਆਪਾਂ ਨੇ ਲਿਖਿਆ ਸੀਗਾ ਇਹ ਵੀ ਆਪਾਂ ਨੇ ਆਪਾਂ ਨੇ ਉਹਦੇ ਪਹਿਲਾਂ ਲਿਖਿਆ ਸੀਗਾ ਆਪਾਂ ਨੇ ਉਸ ਦੇ ਵਿੱਚ ਆਪਣੇ ਜਿਹੜੇ ਪ੍ਰੀਵੀਅਸ ਈਅਰ ਪੰਜਾਬ ਦੇ ਕੁਐਸਚਨ ਪੇਪਰ ਨੇ ਤੁਸੀਂ ਉਹ ਵੀਡੀਓਜ਼ ਜਾ ਕੇ ਦੇਖ ਸਕਦੇ ਜੇ ਤੁਸੀਂ ਉਹ ਨਹੀਂ ਵੀਡੀਓ ਦੇਖਿਆ ਮੈਂ ਨਵੀਂ ਇਨੀਸ਼ੀਏਟ ਸੀਰੀਜ਼ ਲੈ ਕੇ ਆਇਆ ਤਾਂ ਉਸ ਦੇ ਜੇ ਆਪਾਂ ਨੇ ਕੀਤਾ ਸੀ ਉਹ ਹੈਗਾ ਆਪਣਾ ਹਾਈਦਰਾਬਾਦ ਵਿੱਚ ਆ ਆਈ ਆਰ ਡੀ ਏ ਆਈ ਦਾ ਓਕੇ ਤਾ ਸੀਐਮਡੀ ਇਸ ਦਾ ਨਮਾ ਬਣਿਆ ਬਿਲਕੁਲ ਲੇਟੈਸਟ ਹੈ ਵੀ ਦਵਿੰਦਰ ਕੁਮਾਰ ਇਸ ਦਾ ਸੀਐਮ ਬਣਿਆ ਵੀ ਕੁਸ਼ਨ ਆਉਂਦੇ ਪੂਰੇ ਚਾਂਸ ਨੇ ਵੀ ਸਿਡਵੀ ਬੈਂਕ ਦਾ ਨਵਾਂ ਸੀਐਮਡੀ ਕਿਹੜਾ ਬਣਿਆ ਹੈਗਾ ਦਵਿੰਦਰ ਕੁਮਾਰ ਬਣਿਆ ਓਕੇ ਨੈਕਸਟ ਵਿਚ ਫੁੱਟਬਾਲ ਟੀਮ ਹੈਜ਼ ਰੀਸੈਂਟਲੀ ਵਨ ਦੀ ਇੰਡੀਅਨ ਸੁਪਰ ਲੀਗ 2019 20 ਟਾਈਟਲ ਤਾਂ ਇੰਡੀਅਨ ਸੁਪਰ ਲੀਗ ਦਾ ਜਿਹੜਾ ਟਾਈਟਲ ਲਾਂਚ ਕੀਤਾ ਹੈਗਾ ਉਹ ਹੈਗਾ ਆਪਣਾ ਜਿੱਤਿਆ ਹੈਗਾ ਏਟੀਕੇ ਨੇ ਤਾ ਏਟੀਕੇ ਜਿਹੜਾ ਹੈਗਾ ਇੰਡੀਆ ਦਾ ਆਪਣਾ ਇੱਕ ਸੁਪਰ ਲੀਗ ਹੈਗਾ ਫੁੱਟਬਾਲ ਦੀ ਤਾਂ ਏਟੀਕੇ ਨੇ ਜਿੱਤਿਆ ਹੈਗਾ ਇਹ ਵਾਲਾ ਟੂਰਨਾਮੈਂਟ ਨੈਕਸਟ ਵਰਲਡ 뮤జిక్ ਡੇ ਇਜ਼ ਸੈਲੀਬ੍ਰੇਟਡ ਐਵਰੀ ਦਾ ਵਰਲਡ 뮤జిక్ ਡੇ ਆਪਾਂ ਹਰ ਸਾਲ 21 ਜੂਨ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ ਤਾਂ 21 ਜੂਨ ਨੂੰ ਵਰਲਡ 뮤జిక్ ਡੇ ਆਪਾਂ ਸੈਲੀਬ੍ਰੇਟ ਕਰਦੇ ਹਾਂ ਓਕੇ ਨੈਕਸਟ ਇੰਟਰਨੈਸ਼ਨਲ ਯੋਗਾ ਡੇ ਇਜ਼ ਸੈਲੀਬ੍ਰੇਟਡ ਐਵਰੀ ਈਅਰ ਤਾਂ ਸੈਲੀਬ੍ਰੇਟ ਇੰਟਰਨੈਸ਼ਨਲ ਯੋਗਾ ਡੇ 21st ਜੂਨ ਨੂੰ ਆਪਾਂ ਸੈਲੀਬ੍ਰੇਟ ਕਰਦਾ ਇੰਟਰਨੈਸ਼ਨਲ ਯੋਗਾ ਡੇ ਬਹੁਤ ਫੇਮਸ ਹੋ ਚੁੱਕਾ ਹੈ ਵਰਲਡ ਲੈਵਲ ਤੇ ਯੋਗਾ ਡੇ ਠੀਕ ਹੈ ਨੈਕਸਟ ਨਿਊ ਚੇਅਰਮੈਨ ਆਫ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨਾਂਸ ਐਂਡ ਪਾਲਿਸੀ ਤਾਂ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨਾਂਸ ਐਂਡ ਪਾਲਿਸੀ ਦਾ ਜਿਹੜਾ ਨਵਾਂ ਚੇਅਰਮੈਨ ਬਣਿਆ ਉਰਜੀਤ ਪਟੇਲ ਜਿਹੜਾ ਆਪਣਾ ਐਕਸ ਗਵਰਨਰ ਹੋ ਚੁੱਕਿਆ ਆਪਣਾ ਆਰਬੀਆਈ ਦਾ ਆਰਵੇਲ ਜੀ ਗਵਰਨਰ ਸੀਗਾ ਉਰਜੀਤ ਪਟੇਲ ਤਾਂ ਉਸ ਨੂੰ ਚੇਅਰਮੈਨ ਬਣਾਤਾ ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨਾਂਸ ਐਂਡ ਪਾਲਿਸੀ ਦਾ ਵਿੱਚ ਨੈਕਸਟ ਵਿਚ ਅਪਰੂਵਲ ਆਫ ਦੀ ਇਲੈਕਸ਼ਨ ਕਮਿਸ਼ਨ ਹੈਜ਼ ਬੀਨ ਅਪਰੂਵਡ ਬਾਈ ਦੀ ਸੈਂਟਰਲ ਗਵਰਨਮੈਂਟ ਤਾਂ ਇਲੈਕਸ਼ਨ ਕਮਿਸ਼ਨ ਦੀ ਇੱਕ ਰਿਕੁਐਸਟ ਅਪਰੂਵ ਕੀਤਾ ਸੈਂਟਰਲ ਗਵਰਨਮੈਂਟ ਨੇ ਵੀ ਜਿਹੜੇ 65 ਸਾਲ ਦੇ ਕੋਈ ਵੀ ਆਪਣਾ ਵੋਟਰ ਹੈਗਾ ਉਸ ਨੂੰ ਘਰ ਬੈਠ ਕੇ ਵੋਟ ਪਾਣੀ ਬੋਗੀ ਵੈਲਟ ਵੋਟ ਵੀ ਤਾਂ ਜੋ ਆ ਜਾ ਨਹੀਂ ਸਕਦੇ ਹੈਗੇ ਸੀਨੀਅਰ ਸਿਟੀਜ਼ਨ ਹੋ ਜਾਂਦੇ ਨੇ ਹਨਾ ਤਾਂ ਆਪਣਾ ਉਹ ਘਰ ਬੈਠ ਕੇ ਵੈਲਟ ਪੇਪਰ ਦੇ ਉੱਤੇ ਘਰ ਬੈਠ ਕੇ ਵੋਟ ਪਾ ਸਕਣ ਤਾਂ ਇਹ অপਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ ਨੈਕਸਟ ਹਾਊ ਮੈਨੀ ਡਿਸਟ੍ਰਿਕਟ ਲੈਵਲ ਸਪੋਰਟ ਸੈਂਟਰ ਇਨ ਦੀ ਕੰਟਰੀ ਹੈਵ ਬੀਨ ਅਨਾਉਂਸਡ ਬਾਈ ਦੀ ਸਪੋਰਟ ਮਿਨਿਸਟਰੀ ਤਾਂ ਸਪੋਰਟ ਮਿਨਿਸਟਰੀ ਨੇ ਕਿੰਨੇ ਡਿਸਟ੍ਰਿਕਟ ਲੈਵਲ ਦੇ ਸਪੋਰਟ ਸੈਂਟਰ ਬਣਾਉਂਦੀ ਆਪਣਾ ਅਨਾਉਂਸਮੈਂਟ ਕੀਤਾ ਹਜ਼ਾਰ ਸਪੋਰਟ ਸੈਂਟਰ ਤਾ 1000 ਸਪੋਰਟਸ ਸੈਂਟਰ ਬਣਾਏਗੇ ਆਪਣੇ ਸਪੋਰਟਸ ਮਿਨਿਸਟਰੀ 올 ਓਵਰ ਇੰਡੀਆ ਦੇ ਵਿੱਚ ਨੈਕਸਟ ਹੂ ਹੈਜ਼ ਬਿਕਮ ði ਨਿਊ ਸੀਐਮ ਆਫ ਮਧਿਆਪਰਦੇਸ਼ ਤਾਂ ਹਰ ਮਦਿਆਪਰਦੇਸ਼ ਦੇ ਵਿੱਚ ਨਵਾਂ ਸੀਐਮ ਬਣ ਚੁੱਕਿਆ ਫੇਰ ਦੁਬਾਰਤੋ ਸ਼ਿਵਰਾਜ ਸਿੰਘ ਚੋਹਾਨ ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ ਤਾਂ ਇਸ ਤਰੀਕੇ ਨਾਲ ਅੱਜ ਦਾ ਸੈਸ਼ਨ ਆਪਣਾ 30 ਕੁਐਸਚਨਸ ਦੇ ਨਾਲ ਕੰਪਲੀਟ ਹੋ ਜਾਂਦਾ ਕਰੰਟ ਅਫੇਅਰਸ ਦਾ ਇਹ ਪਾਰਟ ਆਪਣਾ 5 ਸੀਗਾ ਤਾਂ ਜੇਕਰ ਤੁਸੀਂ ਨੇ ਪ੍ਰੀਵੀਅਸ ਪਾਰਟਸ ਨਹੀਂ ਦੇਖੇ ਤਾਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ ਇਹ ਵਾਲੇ ਪਾਰਟਸ ਦੇਖ ਸਕਦੇ ਹੋ ਸਾਰੇ ਤਾਂ ਕੰਪਿਊਟਰ ਦੇ ਪਾਰਟਸ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਆਪਣਾ ਰੀਜ਼ਨਿੰਗ ਦੇ ਪਾਰਟਸ ਦੇਖ ਸਕਦੇ ਹੈਗੇ ਹੋ ਤੇ ਆਪਣਾ ਐਗਰੀਕਲਚਰ ਵੀ ਸਟਾਰਟ ਹੋਈ ਪਈ ਆ ਤਾਂ ਸਾਰੇ ਪਾਰਟਸ ਤੁਸੀਂ ਉਹ ਵੀ ਸਟਡੀ ਕਰ ਸਕਦੇ ਹੋ ਪਟਵਾਰੀ ਦੇ ਐਗਜ਼ਾਮ ਲਈ ਮੋਸਟ ਇੰਪੋਰਟੈਂਟ ਹੈ ਹਰ ਚੀਜ਼ ਬਾਅਦ ਵਿੱਚ ਪੜਨ ਨਾਲੋਂ ਪਹਿਲੇ ਹੀ ਆਪਣੇ ਪੜ ਕੇ ਰੱਖੋ ਵੀ ਟਾਈਮ ਤੇ ਰਿਵੀਜ਼ਨ ਆ ਜਾਵੇ ਆਪਣੇ ਕੋਲ ਠੀਕ ਹੈ ਨਾ ਟਾਈਮ ਦੇ ਉੱਤੇ ਪੜਨਾ ਨਹੀਂ ਉਹ ਟਾਈਮ ਦੇ ਉੱਤੇ ਰਿਵੀਜ਼ਨ ਕਰਨੀ ਹੁੰਦੀ ਹੈ एवरीवन ਓਕੇ ਤਾਂ ਥੈਂਕ ਯੂ एवरीवन ਸਪੋਰਟ ਦਾ ਚੈਨਲ ਵੀ ਸਾਰਿਆਂ ਨੂੰ ਆਪਣਾ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਅੱਗੇ ਦੇ ਕੇ ਸ਼ੇਅਰ ਜ਼ਰੂਰ ਕਰਦੇ ਕਰੋ ਥੈਂਕ ਯੂ एवरीवन ਫॉर ਵਾਚਿੰਗ ਮਾਈ ਵੀਡੀਓ